ਤੁਹਾਡੇ ਆਪਣੇ ਸੈਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਵਿੱਚ ਬੇਟਾ ਆਪਾਂ ਡਿਸਕਸ ਕਰਾਂਗੇ ਤੁਹਾਡੇ ਨਾਲ ਡੇਟ ਸ਼ੀਟ ਜਿਹੜੇ ਕਿ ਬੇਟਾ ਤੁਹਾਡੇ ਜੁਲਾਈ 22 ਮੰਥਲੀ ਟੈਸਟ ਆ ਜਿਹੜੇ ਉਹ ਹੋਣੇ ਆਗੇ 6ਵੀਂ ਤੋਂ 12ਵੀਂ ਜਮਾਤਾਂ ਲਈ ਠੀਕ ਹੈ ਉਸ ਨਾਲ ਸੰਬੰਧਿਤ ਆਪਣੀ ਅੱਜ ਦੀ ਵੀਡੀਓ ਬੇਟਾ ਤਾਂ ਧਿਆਨ ਦੇਣਾ ਇਸ ਵੱਲ ਤਾਂ ਇੱਥੇ ਆਪਣੇ ਕੋਲੇ 2.0 ਪੈਰਾ ਹੈ ਇਹ ਹੀ ਪੜਦੇ ਆਪਾਂ ਸੈਸ਼ਨ 2024-25 ਲਈ ਰਾਜ ਦੇ ਸੂੂਰ ਸਰਕਾਰੀ ਸਕੂਲਾਂ ਵਿੱਚ 6ਵੀਂ ਤੋਂ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ 22 ਮਨਥਲੀ ਟੈਸਟ 10 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਨਹੀਂ 10 ਜੁਲਾਈ ਤੋਂ 20 ਜੁਲਾਈ ਦੇ ਵਿੱਚ ਵਿੱਚ ਬੇਟਾ ਇਹ ਦੱਸ ਦੇਣਾ ਦੇ ਵਿੱਚ ਤੁਹਾਡੇ ਟੈਸਟ ਆ ਜਿਹੜੇ ਸਾਰੇ ਵਿਸ਼ਿਆਂ ਦੇ ਕੰਡਕਟ ਕਰਵਾਏ ਜਾਣਗੇ ਠੀਕ ਹੈ 22 ਮਨਥਲੀ ਟੈਸਟ 1 ਸਕੂਲ ਮੁਖੀ ਆਪਣੇ ਪੱਧਰ ਤੇ ਡੇਟ ਸ਼ੀਟ ਮਤਲਬ ਜਿਹੜੀ ਡੇਟ ਸ਼ੀਟ ਆ ਤੁਹਾਡੇ ਸਕੂਲ ਵੱਲੋਂ ਆਪਣੇ ਪੱਧਰ ਤੇ ਤਿਆਰ ਕੀਤੀ ਜਾਏਗੀ ਤੁਹਾਨੂੰ ਲਿਖਵਾ ਦਿੱਤੀ ਜਾਏਗੀ ਪਰ ਜਿਹੜਾ ਟਾਈਮ ਆ ਉਹ 10 ਜੁਲਾਈ ਤੋਂ ਸ਼ੁਰੂ ਆ ਬੇਟਾ ਜਿਹੜਾ ਇਹਨਾਂ ਦਾ ਸਿਲੇਬਸ ਹੋਏਗਾ 9ਵੀਂ ਤੋਂ 12ਵੀਂ ਦਾ ਉਹ ਅਪ੍ਰੈਲ ਤੇ ਮਈ ਦਾ ਜਿਹੜਾ ਸਿਲੇਬਸ ਤੁਹਾਨੂੰ ਤੁਹਾਡੇ ਅਧਿਆਪਕ ਸਹਿਬਾਨ ਨੇ ਕਰਵਾਤਾ ਬੇਟਾ ਰਿਵੀਜ਼ਨ ਵੀ ਹੋ ਗਈ ਹੋਣੀ ਉਹਨਾਂ ਦੇ ਵਿੱਚੋਂ ਹੀ ਲਿਆ ਜਾਏਗਾ ਠੀਕ ਹੈ ਉਸ ਤੋਂ ਬਾਅਦ 6ਵੀਂ ਤੋਂ 8ਵੀਂ ਜਮਾਤਾਂ ਦਾ ਕੇਵਲ ਪੰਜਾਬੀ ਅੰਗਰੇਜ਼ੀ ਤੇ ਗਣਿਤ ਵਿਸ਼ਿਆਂ ਦਾ ਬਾਜ ਮੰਥਲੀ ਟੈਸਟ 1 ਬਾਅਦ ਵਿੱਚ ਮਿਸ਼ਨ ਸਮਰੱਥ ਦੀ ਇੰਡਲਾਈਨ ਟੈਸਟਿੰਗ ਦੇ ਨਾਲ ਮਿਸ਼ਨ ਸਮਰੱਥ ਤਹਿਤ ਕਰਵਾਏ ਗਏ ਸਿਲੇਬਸ ਵਿੱਚੋਂ ਲਿਆ ਜਾਵੇ ਠੀਕ ਹੈ ਬਾਅਦ ਵਿੱਚ ਆ ਦੇਖੋ ਬਟਾ ਜਿਹੜਾ ਪੰਜਾਬੀ ਅੰਗਰੇਜ਼ੀ ਗਣਿਤ ਵਿਸ਼ਿਆਂ ਦਾ ਮਿਸ਼ਨ ਸਮਰੱਥ ਚੱਲ ਰਿਹਾ ਹੈ ਉਹਦਾ 22 ਮਨਥਲੀ ਟੈਸਟ ਬਾਅਦ ਵਿੱਚ ਜਦੋਂ ਐਂਡ ਲਾਈਨ ਹੋਣੀ ਹੈ ਬੇਟਾ ਉਦੋਂ ਲਿਆ ਜਾਵੇਗਾ 6ਵੀਂ ਤੋਂ 8ਵੀਂ ਦੇ ਜਿਹੜੇ ਬਾਕੀ ਵਿਸ਼ੇ ਨੇ ਇਹਨਾਂ ਤਿੰਨ ਵਿਸ਼ਿਆਂ ਨੂੰ ਛੱਡ ਕੇ ਪੰਜਾਬੀ ਇੰਗਲਿਸ਼ ਤੇ ਮੈਥ ਨੂੰ ਛੱਡ ਕੇ ਬਾਕੀਆਂ ਦੇ ਜਿਹੜੇ ਟੈਸਟ ਆ ਜਿਹੜੇ ਉਹ 10 ਜੁਲਾਈ ਤੋਂ ਕੰਡਕਟ ਕਰਵਾਏ ਜਾਣਗੇ ਅਪ੍ਰੈਲ ਮਈ ਦਾ ਸਿਲੇਬਸ ਹੋਏਗਾ ਬਾਕੀ ਸਾਰੇ ਵਿਸ਼ਿਆਂ ਦਾ ਠੀਕ ਹੈ ਤਾਂ 20 ਅੰਕਾਂ ਦੇ ਬੇਟਾ ਇਹ ਕੁੱਲ ਟੈਸਟ ਹੋਣਗੇ ਤੇ ਜਿਹੜਾ ਤੁਹਾਡੇ ਦੇ ਅੱਖਸਮਾਨ ਦਾ ਪੀੜ ਹੋਊਗਾ ਉਸੇ ਪੀੜ ਦੇ ਵਿੱਚ ਇਹ 40 ਮਿੰਟਾਂ ਦੇ ਵਿੱਚ ਇਹ ਹੋ ਜਾਣਗੇ ਠੀਕ ਹੈ ਤੇ ਜਿਹੜੇ ਬੱਚਿਆਂ ਦਾ 6ਵੀਂ ਤੋਂ 8ਵੀਂ ਮਿਸ਼ਨਸ ਮਰਾਦੇ ਪੀੜ ਲੱਗਦੇ ਆ ਉਹ ਪਹਿਲਾਂ ਦੀ ਤਰ੍ਹਾਂ ਪਹਿਲੇ ਚਾਰ ਪੀੜ ਲੱਗਦੇ ਰਹਿਣਗੇ ਬਾਕੀ ਵਿਸ਼ੇ ਦਾ ਜਦੋਂ ਪੀੜ ਆ ਗਿਆ ਕਿਸੇ ਵੀ ਵਿਸ਼ੇ ਦਾ ਉਸ ਪੀਰੀਅਡ ਦੇ ਵਿੱਚ ਤੁਹਾਡਾ ਪੇਪਰ 10 ਜੁਲਾਈ ਤੋਂ ਲੈ ਕੇ 20 ਜੁਲਾਈ ਦੇ ਵਿੱਚ ਕਿਸੇ ਵੀ ਵਿਸ਼ੇ ਦਾ ਪੇਪਰ ਹੈ ਜਿਹੜਾ ਡੇਟ ਸ਼ੀਟ ਦੇ ਅਕੋਰਡਿੰਗ ਤੁਹਾਨੂੰ ਲਿਖਵਾ ਦਿੱਤਾ ਜਾਏਗਾ ਉਸ ਦਿਨ ਪੇਪਰ ਤੁਹਾਡਾ ਹੋਣਾ ਬੇਟਾ ਠੀਕ ਆ ਉਸ ਲਈ ਆਪਾਂ ਅੱਜ ਤੋਂ ਤਿਆਰੀ ਸ਼ੁਰੂ ਕਰ ਦੇਣੀ ਆ ਅੱਜ 8 ਤਰੀਕ ਹੋ ਗਈ ਬੇਟਾ ਦੋ ਹੀ ਦਿਨ ਰਹਿ ਗਏ ਨੇ 21 ਰਹਿ ਗਿਆ 9 ਦਿਨ ਦਾ 9 ਤਰੀਕ ਦਾ ਜੇ ਅੱਜ ਦਾ ਗਿਣ ਲਿਆ ਤਾਂ ਦੋ ਦਿਨ ਰਹਿ ਗਏ ਨੇ ਮਤਲਬ 10 ਤੋਂ ਤੁਹਾਡੇ ਪੇਪਰ ਆ ਜਿਹੜੇ ਬਾਈ ਮੰਥਲੀ ਸ਼ੁਰੂ ਆ ਬੇਟਾ ਠੀਕ ਹੈ ਤਾਂ ਜੇ ਦੀ ਮੁਕੰਮਲ ਤਿਆਰੀ ਤੁਸੀਂ April May ਦੇ ਸਿਲੇਬਸ ਦੀ ਕਰ ਲੈਣੀ ਆ ਥੈਂਕ ਯੂ